ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ ਇਸ਼ਾਨ ਬਾਜਵਾ ਇੱਕ ਹੋਰ ਕਬੀਲ ਜੱਟ ਕਬੀਲੇ ਦਾ ਵੇਰਵਾ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੋਂਦਾ ਜਿਉਂਦਾ ਜਿਉਂਦਾ ਵੀ ਆਂਦੇ ਨੇ ਜੋਂਦਾ ਵੀ ਆਂਦੇ ਨੇ ਜੱਟ ਕਬੀਲਾ ਇਹਦੇ ਬਾਰੇ 'ਚ ਗੱਲਬਾਤ ਕਰਾਂਗੇ ਜੋਂਦਾ ਜੋਂਦਾ ਜੱਟ ਕਬੀਲਾ ਜੱਟਾਂ ਦਾ ਹਜ਼ਾਰਾਂ ਸਾਲ ਪੁਰਾਣਾ ਕਬੀਲਾ ਹੈ ਜੋਂਦਾ ਜੋਦਾ ਦਾ ਭਰਾ ਯੋਧਨਪਾਲ ਦਾ ਪੁੱਤਰ ਸੀ ਤੇ ਕਾਹੋਂ ਦਾਦਾ ਸੀ ਇਹ ਸਾਰਾ ਨਤਾਰਾ ਅਸੀਂ ਜਿਉਂਦਾ ਜਿਉਂਦਾ ਜੱਟ ਕਬੀਲੇ ਦਾ ਕੁਰਸੀਨਾਮਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕਰਾਂਗੇ ਹੁਣ ਅਸੀਂ ਦੇਖਦੇ ਹਾਂ ਕਿ ਜੱਟ ਕਬੀਲਿਆਂ ਦਾ ਅਹਵਾਲ ਬਿਆਨ ਕਰਨ ਵਾਲਿਆਂ ਤਜ਼ਕਿਰਿਆਂ ਵਿੱਚ ਜਿਉਂਦਾ ਜਾਂ ਜਿਉਂਦਾ ਜੱਟ ਕਬੀਲੇ ਦਾ ਜ਼ਿਕਰ ਕਿੱਥੇ-ਕਿੱਥੇ ਤੇ ਕਿਵੇਂ-ਕਿਵੇਂ ਮਿਲਦਾ ਹੈ ਗਲਸਰੀ ਆਫ ਟ్రਾਈਬਸ ਐਂਡ ਕਾਸਟਸ ਵਿੱਚ ਈਡੀ ਮੈਕਲੇਗਨ ਤੇ ਐਚ ਰੂਜ਼ ਹੋਰਾਂ ਜਿਉਂਦਾ ਜੱਟ ਕਬੀਲਾ ਦੇ ਸਰਨਾਮੇ ਹੇਠ ਛੇ ਲਫ਼ਜ਼ੀ ਜਾਣਕਾਰੀ ਵਿੱਚ ਇੰਜ ਗੱਲ ਮੁਕਾਈ ਹੈ ਕਿ ਅੰਮ੍ਰਿਤਸਰ ਵਿੱਚ ਜ਼ਰਾਤ ਪੇਸ਼ਾ ਜੱਟ ਕਬੀਲ ਚਾ ਇਹ ਵੀ ਸਾਰੀ ਉਹ ਜਾਣਕਾਰੀ ਜੋ ਜੁੰਦਾ ਜੱਟ ਕਬੀਲਾ ਬਾਰੇ ਸਾਨੂੰ ਕਿਸੇ ਵੀ ਲਿਖਤੀ ਤਜ਼ਕਿਰੇ ਦੇ ਵਿੱਚੋਂ ਮਿਲੀ ਇਸ ਤੋਂ ਅੱਧ ਕਈ ਕਿਤਾਬਾਂ ਸਾਂ ਫੋਲ ਮਾਰੀਆਂ ਪਰ ਜੁੰਦਾ ਜਾਂ ਜੁੰਦਾ ਜੱਟ ਕਬੀਲਾ ਬਾਰੇ ਸਾਨੂੰ ਕਿਤੋਂ ਕੋਈ ਜਾਣਕਾਰੀ ਨਹੀਂ ਲੱਭੀ ਗੱਲ ਫੇਰ ਉਹੀ ਹੈ ਵੀ ਜਦੋਂ ਬੰਦਾ ਆਪਣੀ ਦਾੜੀ ਕਿਸੇ ਹੋਰ ਦੇ ਹੱਥ ਫੜਾ ਦੇਵੇ ਤਾਂ ਮੋਰ ਅਗਲੇ ਦੀ ਮਰਜ਼ੀ ਹੈ ਭਈ ਉਹ ਦੇ ਵਿੱਚ ਕੋਈ ਵਾਲ ਰਹਿਣ ਦਵੇ ਜਾਂ ਨਾ ਰਹਿਣ ਦਵੇ ਜਾਂ ਉਹਨੂੰ ਪੁੱਟੇ ਜਾਂ ਖਿੱਚੇ ਜਾਂ ਜਿੰਨੀ ਮਰਜ਼ੀ ਉਹਨੂੰ ਖਿੱਚ ਮਾਰੇ ਸਾਡੇ ਅਜ਼ੀਮ ਜੱਟ ਕਬੀਲਿਆਂ ਵੀ ਅੱਜ ਤੀਕਰ ਆਪਣਾ ਇਤਿਹਾਸ ਲਿਖਣ ਜਾਂ ਉਹਦੀ ਸਾਂਭ ਸੰਭਾਲ ਕਰਨ ਵੱਲ ਉੱਕਾ ਧਿਆਨ ਨਹੀਂ ਦਿੱਤਾ ਗੱਲ ਜਦੋਂ ਕਿਸੇ ਦੇ ਹੱਥ ਆ ਜਾਵੇ ਤਾਂ ਅਗਲੇ ਦੀ ਮਰਜ਼ੀ ਹੈ ਭਈ ਉਹ ਕਿਸੇ ਨਾਲ ਕੀ ਸਲੂਕ ਕਰਦਾ ਹੈ ਹਾਲਾ ਜੁੰਦਾ ਜੱਟ ਕਬੀਲੇ ਦਾ ਤਲਕ ਤੁਰੋਂ ਰਾਜ ਆ ਮਹਾਰਾਜਿਆਂ ਦੇ ਖਾਨਦਾਨ ਨਾਲੇ ਪਰ ਸੁੱਤੇ ਹੋਏ ਬਾਲ ਦਾ ਕੋਈ ਮੂੰਹ ਕਦੋਂ ਕਿਸੇ ਦਾ ਚੁੰਮੇ ਵੀ ਚੋ ਦਾ ਮਤਲਬ ਇਹ ਕਿ ਅਗਲੇ ਨੂੰ ਕੀ ਫਾਇਦਾ ਹੁਣ ਅਸੀਂ ਜੁੰਦਾ ਜੱਟ ਕਬੀਲੇ ਦਾ ਉਹ ਕੁਰਸੀਨਾਮਾ ਤੁਹਾਡੇ ਨਾਲ ਸਾਂਝਾ ਕਰਨੇ ਆ ਜੋ ਮੀਰਪੁਰ ਮਥੇਲਾ ਸਿੰਧ ਤੋਂ ਸਾਡੇ ਸਿੰਧੀ ਬਰਾ ਆਰੀਆ ਡਾਕਟਰ ਲਾਲ ਬਖਸ਼ ਨਾਇਚ ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ ਉਸ ਹਿਜਰੇ ਮੁਤਾਬਕ حضرت ਆਦਮ علیہ السلام ਹੋਰਾਂ ਤੋਂ ਚੋਖਾ ਗੇਰੇ ਜਾ ਕੇ ਨਾ ਆਉਂਦਾ حضرت ਨੂਹ علیہ السلام ਹੋਰਾਂ ਦਾ ਜਿਨ੍ਹਾਂ ਨੂੰ ਹਿੰਦੀ ਵਿੱਚ ਮੰਨੂ ਦੂਸਰਾ ਆਖਿਆ ਗਿਆ ਯਾਨੀ ਦੂਸਰਾ ਮੰਨੂ ਆਖਿਆ ਗਿਆ حضرت ਨੂਹ علیہ السلام ਹੋਰਾਂ ਦੇ ਪੁੱਤਰ ਹੋਏ ਸਾਮ ਹਾਮ ਯਫਸ ਇਹ ਤਿੰਨੇ ਪੁੱਤਰ ਅਮਾ ਸਹਨਾ ਵਿੱਚੋਂ ਸਨ ਅਗਲੇ 4 ਪੁੱਤਰ ਕਨਾਨ ਯਰਨ ਹਰ ਹਰ ਤੇ ਅਜਮ ਜਿਹੜੇ ਨੇ ਅਮਾ ਵਾਇਲਾ ਵਿੱਚੋਂ ਸਨ ਯਾਨੀ ਦੋ ਬੀਵੀਆਂ ਸਨ حضرت ਨੂਹ علیہ السلام ਦੀਆਂ ਉਹਨਾਂ ਵਿੱਚੋਂ ਇੱਕ ਛੋਤੇ ਨੂੰ ਤੇ ਦੂਜੇ ਚੋਂ 4 ਪੁੱਤਰ ਹੋਏ ਅਗੋਂ ਇਹ ਜਿਹੜੇ ਸਨਾਂਜੀ ਪੁੱਤਰ حضرت ਨੂਹ ਦੇ ਨਾ ਖਲਫ ਜਿਹੜੇ ਆਖਰੀ 4 ਸਨਾਂਜੀ ਉਹ ਅਮਾ ਵਾਇਲਾ ਵਿੱਚੋਂ ਉਹ حضرت ਨੂਹ علیہ السلام ਦੇ ਗੁਸਤਾਖ ਔਰ ਬੇਅਦਬ ਹੋਣ ਪਰੋਂ ਉਹਨਾਂ ਦੇ 베ੜੇ 'ਚ ਨਾ ਬੈਠੇ ਔਰ ਉਹਨਾਂ ਦੀ ਆਖੀ ਨਹੀਂ ਸਨਮੰਦੇ ਔਰ ਇਸ ਵਾਸਤੇ ਤੂਫਾਨੇ ਨੂ ਦੇ ਵਿੱਚ ਡੁੱਬ ਕੇ ਗਰਕ ਹੋ ਗਏ ਤੇ ਉਹਨਾਂ ਦੀ نسل ਅੱਗੇ ਨਾ ਟੁੜੀ ਮੁੜ ਕੇ ਸ਼ਾਮ ਦੀ ਔਲਾਦ ਜਿਹੜੀ ਹੈ ਜਿਹੜੇ ਰਹਿੰਦੇ ਤਿੰਨ ਪੁੱਤਰ ਸਨ ਸ਼ਾਮ ਹਾਮ ਤੇ ਯਾਫਸ ਉਹਨਾਂ ਵਿੱਚੋਂ ਸ਼ਾਮ ਦੀ ਔਲਾਦ ਸ਼ਾਮੀ ਸਦਾਈ ਤੇ ਉਹ ਏਸ਼ੀਆ 'ਚ ਵੱਸ ਗਈ ਹਾਮ ਦੀ ਔਲਾਦ ਜਿਹੜੀ ਇਹ ਅਫਰੀਕਾ ਦੇ ਵਿੱਚ ਜਾ ਵੱਸੀ ਤੇ ਯਾਫਸ ਦੀ ਔਲਾਦ ਜਿਹੜੇ ਤੁਰਕੀ ਚੀਨ ਤੇ ਯੂਰਪ ਦੇ ਵਿੱਚ ਜਾ ਵੱਸੀ ਮੁੜ ਕੇ ਸ਼ਾਮ ਦੇ ਪੁੱਤਰ ਹੋਏ ਅਰਫਖਾ ਸਿੰਧ ਜਿਹਦਾ ਦੂਜਾ ਨਾਮ ਸਿੰਧ ਸੀ ਈਸ਼ਵਰ ਜਿਹਦਾ ਦੂਜਾ ਨਾਮ ਹੈਂਦ ਸੀ ਆਰਾਮ ਜਿਹਦੇ ਤੋਂ ਆਰਮੀਨੀਆ ਕਬੀਲਾ ਪਿਆ ਅਸਵਰ ਜਿਹਦੇ ਤੋਂ ਫਾਰਸ ਕਬੀਲਾ ਹੁੰਦਾ ਇਲਾਕਾ ਤੇ ਲੂਦ ਜਿਹਦੇ ਜਿਹਦਾ ਦੂਜਾ ਨਾਮ ਆਰੂਮ ਸੀ ਬਾਕਾਂ ਬਲਕਾਨ ਸਮਾਨ ਕਨਾਨ ਕਨਾਨ ਦਾ ਦੂਜਾ ਨਾਮ ਕੀ ਕਾਨਮੀ ਸੀ ਤੇ ਲਾਵਰ ਇਹ ਸਾਰੇ ਪੁੱਤਰ ਮਤਲਬ ਇਹ ਉਹਨਾਂ ਦੇ ਜਿਹੜਾ ਆਪਣਾ ਸ਼ਾਮ ਦੀ نسل ਜਿਹੜੀ ਹੈ ਉਹਦੇ ਚ ਹੋਏ ਅਗੋ ਅਰਫਖਾ ਸਿੰਧ ਜਿਹੜਾ ਸੀ ਸਿੰਧ ਉਹਦੇ ਪੁੱਤਰ ਹੋਏ ਸਖਰ ਭਖਰ ਠੱਟਾ ਹੋਲ ਹਰਮੇਸ਼ ਅਮਰ ਡਾਗਰ ਡਾਗਰ ਜਿਹੜਾ ਇਹਦੇ ਮੁਤਲਕ ਦੱਸਿਆ ਗਿਆ ਸਾਡੇ ਰਿਕਾਰਡ ਚ ਕਿ ਗੈਰ ਆਰੀਆ ਨਸਲ ਹੈ ਲੇਕਿਨ ਮੈਨੂੰ ਦਿੱਲੀ ਤੋਂ ਪਤਾ ਚੱਲਿਆ ਕਿ ਉੱਥੇ ਵੀ ਡਾਗਰ ਕਬੀਲੇ ਦੇ ਕਾਫੀ ਲੋਕ ਹਿੰਦੂ ਜੱਟ ਜਿਹੜੇ ਨੇ ਉਹ ਵਸਦੇ ਨੇ ਅਗਲਾ ਪੁੱਤਰ ਜਲੂਦਰ ਅਗਲਾ ਜਾਸ਼ਰ ਜਿਹਦੇ ਤੋਂ ਲਾਉਜ਼ਰ ਕੌਮ ਲਾਉਦਰ ਵੀ ਇਹਦਾ ਨਾਂ ਸੀ ਸਮੂਦ ਦੀ ਕੌਮ ਟੁਰੀ ਉਹਦੋਂ ਅਗਲਾ ਪੁੱਤਰ ਗੁਜਰਾਤ ਸੀ ਉਹਦੋਂ ਅਗਲਾ ਪੁੱਤਰ ਗਾਰਾ ਸੀ ਜਿਹਦਾ ਦੂਜਾ ਨਾਂ ਹੜੱਪਾ ਸੀ ਉਹਦੋਂ ਅਗਲਾ ਪੁੱਤਰ ਟੈਕਸਲਾ ਤੇ ਉਹਦੋਂ ਅਗਲਾ ਪੁੱਤਰ ਹੰਡ ਜਿਹਦਾ ਦੂਜਾ ਨਾਂ ਸੁਆਬੀ ਵੀ ਸੀ ਤੇ ਅਗਲਾ ਪੁੱਤਰ ਆ ਸਾਮ ਤੇ ਉਹਦੋਂ ਅਗਲਾ ਤਾਮਲੀ ਜਿਹਦੇ ਤੋਂ ਤਾਮਲ ਕੌਮ ਟੁਰੀ ਉਹਦੋਂ ਅਗਲਾ ਪੁੱਤਰ ਮੂਲਾ ਸੀ ਜਿਹਦੇ ਨਾਂ ਤੇ ਮੁਲਤਾਨ ਪਿਆ ਕਸ਼ੇਪੁਰਾ ਵੀ ਮੁਲਤਾਨ ਦਾ ਇੱਕ ਬੇਲੇ ਨਾਂ ਰਿਹਾ ਤੇ ਅਗਲਾ ਪੁੱਤਰ ਸੀ ਮੀਦੂਰਾਮ ਤੇ ਅਗਲਾ ਸੀ ਮਕਰਾਨ ਜਿਹਦਾ ਦੂਜਾ ਨਾਂ ਮਕਾਨ ਹੈ ਉਦੋਂ ਅਗਲਾ ਪੁੱਤਰ ਸੀ ਕਰਮਾਨ ਤੇ ਉਦੋਂ ਅਗਲਾ ਪੁੱਤਰ ਹਨਵਾਦਰ ਸੀ ਜਿਹਦਾ ਦੂਜਾ ਨਾਂ ਗਵਾਦਰ ਵੀ ਏ ਔਰ ਇਹਨੂੰ ਪੁਰਾਣੇ ਜ਼ਮਾਨੇ ਕੇ ਗਦਰੋਸ਼ੀਆ ਵੀ ਆਖਦੇ ਸੀ। ਉਦੋਂ ਅਗਲਾ ਪੁੱਤਰ ਸੀ ਕੀਕਾਨ ਜਿਹਦੇ ਨਾਂ ਤੋਂ ਕਲਾਤ ਪਿਆ ਤੇ ਉਦੋਂ ਅਗਲਾ ਪੁੱਤਰ ਸੀ ਖੁਜ਼ਦਾਰ। ਖੁਜ਼ਦਾਰ ਤੋਂ ਅਗਲਾ ਪੁੱਤਰ ਸੀ ਸੀਸੇ ਜਿਹਦੇ ਨਾਂ ਤੋਂ ਸੀਸਤਾਨ ਦਾ ਇਲਾਕਾ ਈਰਾਨ ਦਾ ਜਿਹੜਾ ਨਾਲ ਸੂਬਾ ਲੱਗਦਾ ਓ ਪਿਆ ਤੇ ਮੁਰਕੇ ਮੂਲਾ ਦੇ ਪੁੱਤਰ ਹੋਏ ਜੀ ਸਰਵਾਈ ਤੇ ਇਰਮ ਇਰਮ ਦਾ ਮੈਨਾ ਮਹਾਨ ਵੀ ਹੁੰਦਾ ਅੱਗੋ ਇਰਮ ਦਾ ਪੁੱਤਰ ਹੋਇਆ ਉਸ ਤੇ ਉਸ ਦਾ ਫੇਰ ਇਰਮ ਹੋਇਆ ਇਹ ਇਰਮ ਦਾ ਦੂਜਾ ਨਾਮ ਸਾਗਤ ਵੀ ਸੀ ਤੇ ਅੱਗੋ ਫੇਰ ਉਹ ਦਾ ਪੁੱਤਰ ਹੋਇਆ ਆਦ ਤੇ ਆਦ ਦੇ ਅੱਗੋ ਪੁੱਤਰ ਹੋਏ ਜੀ ਜਲੂਦ ਸਹਰੀਬ ਸਹਰੀਬ ਤੋਂ ਨਮਰੂਦ ਦੀ نسل ਚੱਲੀ ਤੇ ਪਤਨ ਕਾਹੂ ਜੁਕਰ ਡੀਜੀ ਅਰੋੜ ਦੋਹਾਗਰ ਔੜਕਾ ਟਾਕਾ ਸ਼ਦਾਦ ਸ਼ਦੀਦ ਬਾਲਾ ਮਹਿਰ ਜਿਹਦੇ ਤੋਂ ਮੇਰਗੜ ਤੇ ਸੋਹਾਗਾ ਜਨੂਦ ਦਾ ਪੁੱਤਰ ਹੋਇਆ ਬਾਅਦ ਤੇ ਬਾਅਦ ਦਾ ਪੁੱਤਰ ਹੋਇਆ ਵਿਸ਼ਨੂੰ ਵੇਸ ਵਿਸ਼ਨੂੰ ਵੇਸ ਦੇ ਪੁੱਤਰ ਹੋਏ ਹਜ਼ਰਤ ਹੂਦ علیہ السلام ਇਹ ਰਸੂਲ ਵੀ ਛਣ ਤੇ ਇਹਨਾਂ ਦੇ ਅਗੋ ਪੁੱਤਰ ਹੋਏ ਅਰੜ ਅਰੜ ਜਿਹੜਾ ਹਰੀਰ ਦਾ ਕਿਲਾ ਜਿਹੜਾ ਦਾदू ਦੇ ਵਿੱਚਕਾਰ ਸੋ ਫੋਟੂ ਚਾ ਉਹ ਇਸੇ ਨਾਂ ਤੇ ਆ ਤੇ ਅਗਲਾ ਪੁੱਤਰ ਸੀ ਗੱਬਰ ਅਗਲਾ ਸੀ ਬਸ਼ਰ ਅਗਲਾ ਤੰਦੂਰ ਅਗਲਾ ਬਰਬਰਾ ਅਗਲਾ ਹੀਮ ਉਹਦੋਂ ਅਗਲਾ ਬਹਿਮ ਮੁਰਕੇ ਬਰਬਰਾਂ ਦੇ ਪੁੱਤਰ ਹੋਏ ਜੀ ਅਬਰੂ ਅਬਰ ਤੇ ਅਬਰਹੀਨ ਮੁਰਕੇ ਅਬਰੂ ਦਾ ਪੁੱਤਰ ਹੋਇਆ ਜੀ ਕਹਤਾਨ ਤੇ ਯਕਤਾਨ ਤੇ ਫਲਜ ਸਲਜ ਤੇ ਯਾਰਬ ਇਹਨਾਂ ਦੇ ਪੁੱਤਰ ਹੋਏ ਜੀ ਇਹ ਨਾਂ ਵਿੱਚੋਂ ਆਖਰੀ ਕਿੰਨੇ ਜਿਹੜੇ ਨੇ ਨਾਂ ਮਤਲਬ ਇਹ ਯਮਨ ਚਲੇ ਗਏ ਸ਼ਾਨ ਯਾਨੀ ਫਲਜ ਸਲਜ ਤੇ ਯਾਰਬ ਜਿਹੜੇ ਨੇ ਤੋਂ ਇਹ ਤੇ ਉਹਨਾਂ ਨੇ ਸਬਾ ਦਾ ਮੁਲਕ ਬਸਾਇਆ ਸੀ ਉਹਨਾਂ ਤਿੰਨ ਡੈਮ ਬਣਾਏ ਜਿਹੜੇ ਰੁੜ ਗਏ ਤੇ ਉਥੇ ਜੰਗਲ ਹੋ ਗਿਆ ਮਲਕਾ ਬਲਕੀਸ ਇਹਨਾਂ ਦੇ ਵਿੱਚੋਂ ਸੀ ਮੁੜ ਕੇ ਯਕਤਾਨ ਜਿਹੜੇ ਨੇ ਨਾ ਜੀ ਉਹਨਾਂ ਦਾ ਪੁੱਤਰ ਹੋਇਆ ਸ਼ਾਰੁਖ ਜਿਹਦਾ ਦੂਜਾ ਨਾਮ ਮੰਬਾ ਵੀ ਸੀ ਅਗਲੋਂ ਸ਼ਾਰੁਖ ਦੇ ਪੁੱਤਰ ਹੋਏ ਨੇ ਜੀ ਨਾਹੂਰ ਅਲੈਹਿਸਲਾਮ ਯਾਨੀ ਇਹਨਾਂ ਦਾ ਦੂਜਾ ਨਾਮ ਹਜ਼ਰਤ ਯੂਬ ਅਲੈਹਿਸਲਾਮ ਸੀ ਇਹ ਮੁਲਤਾਨ ਦੇ ਬਾਦਸ਼ਾਹ ਵੀ ਸਨ ਤੇ ਰਸੂਲ ਵੀ ਸਨ اور ਇਹਨਾਂ ਦਾ ਮਜ਼ਾਰ ਜਿਹੜਾ ਬੂਰ ਗੇਟ ਮਲਤਾਨ ਦੇ ਅੰਦਰ ਵਾਲੇ ਪਾਸੇ ਮੌਜੂਦ ਹੈ ਅਗੋਂ ਇਸ ਜਿਹੜੇ حضرت ਯੂਬ علیہ السلام ਸਨ ਇਹਨਾਂ ਦੇ ਪੁੱਤਰ ਹੋਏ ਸ਼ਬਰ ਤੇ ਬਸ਼ਰ ਬਸ਼ਰ ਦਾ ਦੂਜਾ ਨਾਮ ਜ਼ੁਲਕਿਫਲ ਵੀ ਸੀ ਤੇ ਅਗਲਾ ਪੁੱਤਰ ਸ਼ਬੀਰ ਬਸ਼ੀਰ ਤੇ ਖਾਰਾਨ ਖਾਰਾਨ ਜਿਹੜੇ ਸਾਨੂੰ ਅਮਾ ਸਾਇਰਾ ਦੇ ਵਾਲਦ ਸਨ ਤੇ ਅਗਲੇ ਪੁੱਤਰ ਤਾਰਿਕ ਇਹ حضرت ابراہیم علیہ السلام ਦੇ ਵਾਲਦ ਸਨ ਤੇ ਅਗਲੇ ਪੁੱਤਰ ਆਜ਼ਰ ਅਗੋ ਤਾਰਖ ਦੇ ਪੁੱਤਰ حضرت ਇਬਰਾਹਿਮ علیہ ਸਲਾਮ ਹੋਏ ਤੇ ਫਾਉਰ ਫਾਉਰ ਜਿਹੜੇ ਲੁਕਮਾਨ ਹਕੀਮ ਦੇ ਵਾਲਦ ਸਨ ਤੇ ਅਗਲਾ ਪੁੱਤਰ ਹੋਇਆ ਨਾਹੂਰ ਇਹ ਲਾਬਾਨ ਤੇ ਨੀਤੂ ਇਹ ਦੇ ਵਾਲਦ ਸਨ ਤੇ ਅਗੋ ਲਾਬਾਨ ਦੀਆਂ 3 ਰਾਹੀਲ ਤੇ ਲਈਆ ਹੋਈਆਂ ਜਿਹੜੀਆਂ حضرت ਯਾਕੂਬ علیہ ਸਲਾਮ ਨਾਲ ਵਿਆਈਆਂ ਗਈਆਂ ਅਗੋ ਹਾਰਾਨ حضرت ਲੂਤ ਦੇ ਬਾਪ ਸਨ ਮੁਰਕੇ حضرت ਇਬਰਾਹਿਮ ਹੋਰਾਂ ਦੀਆਂ 4 ਸਵਾਨੀਆਂ ਵਿੱਚੋਂ 13 ਪੁੱਤਰ ਤੇ 2 ਧੀਆ ਹੋਈਆਂ ਵੱਡੀ ਬੀਬੀ ਜਿਹੜੀ ਸੀ ਅਮਾਂ ਸਾਇਰਾ ਵਿੱਚੋਂ حضرت ਇਸਹਾਕ علیہ السلام ਹੋਏ ਜਿਨ੍ਹਾਂ ਨੂੰ ਹਿੰਦੀ ਵਿੱਚ ਅੰਗਰਸੀ ਭਗਵਾਨ ਆਖਿਆ ਗਿਆ ਦੂਜੀ ਸਵਾਲੀ ਜਿਹੜੀ ਸੀ حضرت ਹਾਜਰਾ ਉਹਨਾਂ ਵਿੱਚੋਂ حضرت ਇਸਮਾਈਲ علیہ السلام ਹੋਏ ਉਹਨਾਂ ਨੂੰ ਹਿੰਦੀ ਵਿੱਚ ਅਥਰੂ ਭਗਵਾਨ ਆਖਿਆ ਗਿਆ ਤੇ ਤੀਜੀ ਜਿਹੜੀ ਜ਼ਾਲ ਸੀ ਕਤੂਰਾ ਵਿੱਚੋਂ ਛੇ ਪੁੱਤਰ ਤੇ ਇੱਕ ਧੀ ਲਾਲੀਬਾਈ ਹੋਈ ਤੇ ਚੌਥੀ ਤਰੀਮਤ ਜਿਹੜੀ ਸੀ ਹਾਜੀਆਂ ਉਹਦੇ ਵਿੱਚੋਂ ਪੰਜ ਪੁੱਤਰ ਤੇ ਮਤਲਬ ਇੱਕ ਧੀ ਲਬੂਦਾ ਬਾਈ ਹੋਈ ਮੁਰਕੇ ਹਜ਼ਰਤ ਇਸਮਾਈਲ ਅਲੈਹਿਸਲਾਮ ਹੋਰਾਂ ਦੀਆਂ ਤਿੰਨ ਸੁਹਾਣੀਆਂ ਵਿੱਚੋਂ ਔਲਾਦ ਜਿਹੜੀ ਹੈ ਬਸ ਮਜ਼ਾਕ ਨਾਂ ਦੀ ਬੀਬੀ ਵੱਲ ਹੋਈ ਤੇ ਉਸ ਵੱਲ 12 ਪੁੱਤਰ ਤੇ ਇੱਕ ਧੀ ਬਿਸਮਾ ਹੋਈ ਜਿਹੜੀ ਹਜ਼ਰਤ ਇਸਹਾਕ ਅਲੈਹਿਸਲਾਮ ਹੋਰਾਂ ਦੇ ਪੁੱਤਰ ਐਸੂ ਦੇ ਨਾਲ ਵਿਆਹੀ ਗਈ ਤੇ ਉਸ ਦੀ ਕੁੱਖੋਂ ਸਲਾਤ ਹੀ ਨੇ ਰੋਮ ਦਾ ਵਟਕਾ ਜਿਹੜਾ ਰੋਮ ਜੰਮਿਆ ਮੁਰਕੇ ਹਜ਼ਰਤ ਇਸਮਾਈਲ ਅਲੈਹਿਸਲਾਮ ਹੋਰਾਂ ਦੇ ਮਸ਼ਹੂਰ ਪੁੱਤਰ ਹੋਏ ਜੀ ਨਿਆਬੂਤ ਜਿਹਦਾ ਦੂਜਾ ਨਾਂ ਕਰਨ ਸੀ ਮਿਸ਼ਾ ਜਿਨ੍ਹਾਂ ਨੇ ਮਕਾਬਸ ਆਇਆ ਕੀਦਾਰ ਜਿਹੜੇ ਨਬੀ ਪਾਕ ਸੱਲੱਲਾਹੁ ਅਲੈਹ ਵਅਲਿ ਸੱਲਮ ਉਹਨਾਂ ਦੇ ਗਦੇਮ ਜਸਰ ਤੇ ਉਮੇਲ ਤੇ ਪਮੇਲ ਇਹਨਾਂ ਨੂੰ ਸਾਬੇ ਰਸ ਵੀ ਆਖਿਆ ਗਿਆ ਅਗੋ ਨਿਆਬੂ ਦਾ ਪੁੱਤਰ ਹੋਇਆ ਜੀ ਉਤਰੀ ਇਹਦਾ ਦੂਜਾ ਨਾਮ ਅਰਚੀ ਵੀ ਸੀ ਇਹ ਖਾਨਦਾਨ ਫਿਰ ਪਰਤ ਕੇ ਅਰਬ ਤੋਂ ਆਪਣੀ ਜੱਦੀ ਪੁਸ਼ਤੀ ਜਿਹੜੀ ਪਹਵੇ ਸੀ ਸਿੰਧ ਬਲਾਇਤ ਜੱਟ ਦੇਸ਼ ਉਤੇ ਪਰਤਾਇਆ ਤੇ ਉਹ ਅਵਤਾਰਾਂ ਦਾ ਮੋਢੀ ਵੀ ਸੀ ਉਤਰੀ ਅਰਚੀ ਦੇ ਤਿੰਨ ਪੁੱਤਰ ਹੋਏ ਵਰੂਨ ਜਿਹੜਾ ਜਮਗਦਨੀ ਤੇ ਪਰਸ਼ਰਾਮ ਜਿਹੜਾ ਹਿੰਦੂਆਂ ਦਾ ਛੇਵਾਂ ਵੱਡਾ ਅਵਤਾਰ ਸੀ ਉਹ ਉਹ ਹੈ ਬਰੋਂ ਦੀ ਨਸਲਾਂ ਦੂਜਾ ਪੁੱਤਰ ਸੀ ਨਰੀ ਜਿਹਦੀ ਨਸਲਾਂ ਜੱਟਾਂ ਦੀ ਸੂਰਜਵੰਸੀ ਛਾਖ ਦਾ ਮੁੱਢ ਬੱਜਿਆ ਤੇ ਅਗਲਾ ਪੁੱਤਰ ਸੀ ਚੰਦਰਮਾਨ ਜੀ ਦੀ ਨਸਲਾਂ ਚੰਦਰਵੰਸੀ ਜੱਟਾਂ ਦਾ ਕਬੀਲਾ ਟੁਰਿਆ ਇਹਨਾਂ ਵਿੱਚੋਂ ਨਰੀ ਦੀ ਨਸਲਾਂ ਜਿਹੜਾ ਇਹ ਅੱਗੇ ਫਿਰ ਸੂਰਜ ਹੋਇਆ ਜੀ ਤੇ ਸੂਰਜ ਜਿਹੜਾ ਇਹਦੇ ਤੋਂ ਸੂਰਜਵੰਸੀ ਦਾ ਬਾਕਾਇਦਾ ਨਸਲ ਦਾ ਮੁੱਢ ਬੱਜ ਗਿਆ ਤੇ ਸੂਰਜ ਦਾ ਪੁੱਤਰ ਹੋਇਆ ਕਸ਼ੇਪ ਤੇ ਕਸ਼ੇਪ ਦਾ ਹੋਇਆ ਕਿਰਨ ਕਿਰੰਦਾ ਪੁੱਤਰ ਫੇਰ ਕਸ਼ੇਪ ਸੀ ਤੇ ਕਸ਼ੇਪ ਦਾ ਪੁੱਤਰ ਹੋਇਆ ਦਿਉਲ ਦਿਉਲ ਦੇ ਦੋ ਪੁੱਤਰ ਹੋਏ ਮੰਨੂ ਤੇ ਬੱਛਾ ਮੰਨੂ ਦੀ ਨਸਲੋਂ ਰਾਮਚੰਦਰ ਜੀ ਦਾ ਜਿਹੜਾ ਵਟਕਾ ਹੈ ਉਹ ਪੈਦਾ ਹੋਇਆ ਤੇ ਖਾਨਦਾਨ ਦੀ ਸ਼ਾਖ ਬੱਕਰੀ ਹੋ ਗਈ ਤੇ ਬੱਛਾ ਜਿਹੜਾ ਉਹਦੇ ਤੋਂ ਅੱਗੇ ਪੁੱਤਰ ਕਛਵਾ ਕਛਵੇ ਤੋਂ ਬੁੱਧ ਤੇ ਬੁੱਧ ਦਾ ਸ਼ਿਸ਼ਪਾਲ ਸ਼ਿਸ਼ਪਾਲ ਦਾ ਹਮਸਾ ਚਾਲਕ ਹਮਸਾ ਚਾਲਕ ਦਾ ਪੁੱਤਰ ਆਦੂ ਚਾਲਕ ਤੇ ਆਦੂ ਚਾਲਕ ਦਾ ਪੁੱਤਰ ਨਿਰਮਲ ਚਾਲਕ ਤੇ ਨਿਰਮਲ ਚਾਲਕ ਦਾ ਪੁੱਤਰ ਨਿਰਾਸ਼ਨਸ ਚਾਲਕ ਨਿਰਾਸ਼ਨਸ ਚਾਲਕ ਦਾ ਪੁੱਤਰ ਮਹਿੰਦਰ ਚਾਲਕ ਹੋਇਆ ਜੀ ਤੇ ਮੁੜ ਕੇ ਮਹਿੰਦਰ ਚਾਲਕ ਦਾ ਪੁੱਤਰ ਹੋਇਆ ਮਾਸ ਚਾਲਕ ਤੇ ਅੱਗੇ ਮਾਸ ਚਾਲਕ ਦਾ ਪੁੱਤਰ ਹੋਇਆ ਮਾਲਕੂ ਚਾਲਕ ਮੁੜ ਕੇ ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ ਹੋਇਆ ਤੇ ਮੁੜ ਕੇ ਉਹਦਾ ਪੁੱਤਰ ਹੋਇਆ ਲੀਲਾ ਚਾਲਕ ਤੇ ਲੀਲਾ ਚਾਲਕ ਦਾ ਪੁੱਤਰ ਹੋਇਆ ਜੀ ਅਮਰਤ ਚਾਲਕ ਅਮਰਤ ਚਾਲਕ ਦਾ ਪੁੱਤਰ ਹੋਇਆ ਗਿਆਨ ਚਾਲਕ ਤੇ ਗਿਆਨ ਚਾਲਕ ਦਾ ਪੁੱਤਰ ਹੋ ਗਿਆ ਅਮਰਮਲ ਅਮਰਮਲ ਦਾ ਪੁੱਤਰ ਗੁਲਾਬ ਚਾਲਕ ਤੇ ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ ਤੇ ਹਸ਼ਮਤ ਚਾਲਕ ਦਾ ਪੁੱਤਰ ਹੋਇਆ ਭੂਰਾ ਚਾਲਕ ਤੇ ਭੂਰਾ ਚਾਲਕ ਦਾ ਪੁੱਤਰ ਜ਼ਬਰਮਲ ਤੇ ਜ਼ਬਰਮਲ ਦਾ ਪੁੱਤਰ ਹਮਸਰ ਰਾਜ ਤੇ ਹਮਸਰ ਰਾਜ ਦਾ ਪੁੱਤਰ ਭੋਜ ਰਾਜ ਭੋਜ ਰਾਜ ਬਹੁਤ ਵੱਡਾ ਰਾਜਾ ਹੋਇਆ ਇਹਦੀ ਨਸਲੋਂ ਜੱਟਾਂ ਦੇ ਬਹੁਤ ਜ਼ਿਆਦਾ ਕਬੀਲੇ ਅੱਗੇ ਟੁਰੇ ਇਸ ਲਈ ਸੂਰਜਮੁਖੀ ਰਾਜ ਏ ਪੂ ਜਰਾਇ ਦਾ ਪੁੱਤਰ ਹੋਇਆ ਤੇ ਅਗੋਂ ਉਹਦਾ ਰਾਜ ਹੈ ਪੁੱਤਰ ਹੋਇਆ ਕਿਰਨ ਰਾਜ ਕਿਰਨ ਰਾਜ ਦਾ ਪੁੱਤਰ ਚੰਦਰ ਸਿੰਘ ਰਾਜ ਚੰਦਰ ਸਿੰਘ ਰਾਜ ਦਾ ਪੁੱਤਰ ਗਵਾ ਸਿੰਘ ਸਿੰਘ ਤੇ ਗਵਾ ਸਿੰਘ ਦਾ ਪੁੱਤਰ ਤਬ ਕਵਾ ਸਿੰਘ ਸਿੰਘ ਕਵਾ ਸਿੰਘ ਸਿੰਘ ਦਾ ਪੁੱਤਰ ਬਾਲਦਰਾ ਸਿੰਘ ਜੀ ਬਾਲਦਾ ਸਿੰਘ ਤੇ ਉਹਦਾ ਪੁੱਤਰ ਹੋਇਆ ਗੂ ਬਾਲਦਾ ਸਿੰਘ ਦਾ ਦੂਦੇਸ਼ੀ ਸਿੰਘ ਦੂਦੇਸ਼ੀ ਸਿੰਘ ਦਾ ਪੁੱਤਰ ਰੂਦੇਸ਼ੀ ਸਿੰਘ ਤੇ ਰੂਦੇਸ਼ੀ ਸਿੰਘ ਦਾ ਪੁੱਤਰ ਹਮਸਾ ਸਿੰਘ ਹਮਸਾ ਸਿੰਘ ਦਾ ਪੁੱਤਰ ਹੋਇਆ ਜੀ ਮੂਲ ਰਾਜ ਮੂਲ ਰਾਜ ਦਾ ਪੁੱਤਰ ਚਾਲਕ ਰਾਜ ਹੋਇਆ ਤੇ ਚਾਲਕ ਰਾਜ ਦਾ ਪੁੱਤਰ ਸੋਤਰਕ ਰਾਜ ਜਾਂ ਸ਼ਸਤਰਕ ਰਾਜ ਇਹ ਉਹ ਜ਼ੀਮ ਜੱਟ ਸੀ ਜਿਨੇ ਟੈਕਸਲਾ ਦੇ ਨੇੜੇ ਬਹੁਤ ਪੁਰਾਣੀ ਜਿਹੜੀ ਕੋਈ ਤਕਰੀਬਨ 6 7 8000 ਸਾਲ ਪਹਿਲਾਂ ਯੂਨੀਵਰਸਿਟੀ ਬਣਾਈ ਜਿਹਦੇ ਵਿੱਚ ਉਸ ਵੇਲੇ ਬਹੁਤ ਪੂਰੇ ਮਲਤਾਂ ਦੇ ਸ਼ਹਿਜ਼ਾਦੇ ਪੜਦੇ ਸਨ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਦੀ ਗਿਣਤੀ ਦੱਸੀ ਜਾਂਦੀ ਹੈ ਅੱਗੋਂ ਸੋਤਰਕ ਰਾਜ ਜਾਂ ਸ਼ਸਤਰਕ ਰਾਜ ਦਾ ਦੂਜਾ ਨਾਂ ਸੀ ਇਹਦਾ ਹੀ ਨਾ ਸਰਕਪ ਵੀ ਸੀ ਇਹਦਾ ਹੀ ਨਾ ਹਵੇਲੀਆ ਵੀ ਸੀ ਕਈ ਕਈ ਨਾਂ ਸਾਡੇ ਨਾਲ ਦੇ ਵੱਖ-ਵੱਖ ਜ਼ਬਾਨਾਂ ਦੇ ਵਿੱਚ ਇਹ ਵੀ ਚੀਜ਼ਾਂ ਭਲੇਕੇ ਪਾਉਂਦੀਆਂ ਨੇ ਅੱਗੋਂ ਇਹਦਾ ਪੁੱਤਰ ਹੋਇਆ ਜੀ ਸਰੋਇਆ ਰਾਜ ਤੇ ਸਰੋਇਆ ਰਾਜ ਦਾ ਪੁੱਤਰ ਮਾਲਰਾਜ ਮੱਲੀ ਤੇ ਮਾਲਰਾਜ ਮੱਲੀ ਦਾ ਪੁੱਤਰ ਹੋਇਆ ਜੀ ਨਾਇਜ ਨਾਇਜ ਦੇ ਕੋ 11 ਪੁੱਤਰ ਹੋਏ ਨੇ ਤੇ ਅੱਗੋਂ ਉਹਨਾਂ ਦੇ ਵਿੱਚੋਂ ਨਾਇਜ ਦਾ ਪੁੱਤਰ ਜਿਹੜਾ ਤੂਰ ਜਾਂ ਤੋਮੜਾ ਸੀਦਾ ਜੀ ਉਹਦਾ ਪੁੱਤਰ ਹੋਇਆ ਰਾਜਾ ਹੋਮਰ ਇਹ ਰਾਜਾ ਹੋਮ ਇਹ ਮੱਲਵੇ ਰਸਾਲੂ ਦੇ ਕਿਸੇ ਵੀ ਇਹਦਾ ਜ਼ਿਕਰ ਆਉਂਦਾ ਹੈ ਹੋਰ ਵੀ ਕਿਸਿਆਂ ਦੇ ਵਿੱਚ ਕਹਾਣੀਆਂ ਦੇ ਵਿੱਚ ਰਾਜਾ ਹੋਮ ਦਾ ਜ਼ਿਕਰ ਆਉਂਦਾ ਅੱਗੋ ਰਾਜਾ ਹੋਮ ਦਾ ਪੁੱਤਰ ਸੀ ਰਾਜਾ ਧਰਮਪਾਲ ਤੇ ਦੂਜਾ ਪੁੱਤਰ ਸੀ ਹਨੂਕਪਾਲ ਹਨੂਕਪਾਲ ਦਾ ਹੀ ਦੂਜਾ ਨਾਮ حضرت ਅਦਰੀਸ علیہ ਸਲਾਮ ਸੀ ਜਿਹੜੇ ਰਸੂਲ ਵੀ ਸਨ ਤੇ ਅਗਲੇ ਸਨ ਅਖਨੂਚ ਅਗਲਾ ਸੀ ਪੁੱਤਰ ਗੋਬਿੰਦ ਅਗਲਾ ਸੀ ਸੀਨਪਾਲ ਅਗਲਾ ਕਰਨ ਸੀਨਪਾਲ ਅਗਲਾ ਦੋਂਦਾ ਪਾਲ ਤੇ ਮਹਾਰਾਜਾ ਬਿਕਰਮਾ ਪਾਲ ਅਗਲਾ ਪੁੱਤਰ ਹੋਇਆ ਜਿਹਨੂੰ ਬਿਕਰਮਜੀਤ ਵੀ ਆਖਿਆ ਗਿਆ ਬਿਕਰਮਜੀਤ ਤੋਂ ਬਿਕਰਮੀ ਸਾਹਿਬ ਟੁਰਿਆ ਜਿਹੜਾ ਜੱਟਾਂ ਦਾ ਬਲਿਓ ਜਿਹੜਾ 10200 ਤੇ ਤਕਰੀਬਨ 77 77 ਹੈ ਮੇਰਾ ਖਿਆਲ ਹੈ 78 ਹੈ ਅਬ ਉਹ ਬਿਕਰਮਜੀਤ ਦਾ ਮਤਲਬ ਵੀ ਸੂਰਜ ਹੁੰਦਾ ਹੈ ਤੇ ਅਗੂ ਬਿਕਰਮਜੀਤ ਦਾ ਪੁੱਤਰ ਹੋਇਆ ਸਲਾਬਤਾ ਪਾਲ ਤੇ ਗੋਰਖਾ ਪਾਲ ਛਧਰਾ ਪਾਲ ਤੇ ਚੰਦਰਸੀਨ ਪਾਲ ਤੇ ਜਗਦੇਵ ਪਾਲ ਤੇ ਅਗੂ ਇਹਨਾਂ ਵਿੱਚੋਂ ਰਾਏ ਜਗਦੇਵ ਪਾਲ ਦਾ ਪੁੱਤਰ ਹੋਇਆ ਜੀ ਜੋਧਨ ਪਾਲ ਜਿਹਦੇ ਨਾਂ ਤੇ ਖਿਉੜਾ ਦੇ ਇਲਾਕੇ ਵਿੱਚ ਜਿਹੜਾ ਜੱਟਾਂ ਦਾ ਬੜਾ ਮਸ਼ਹੂਰ ਹੈ ਜੋਧਨ ਜੋਧਨ ਕੋਟ ਜਿਹੜਾ ਬੜਾ ਵੱਡਾ ਕਿਲਾ ਹੈ ਜਿਹੜਾ 18 ਮੀਲਾਂ ਦੇ ਵਿੱਚ ਉਹ ਜੋਧਾ ਪਾਲ ਨੇ ਦੇ ਦੇ ਨਾਂ ਤੇ ਬਣਿਆ ਅਗੋ ਜੋਧਨਪਾਲ ਦੇ ਪੁੱਤਰ ਹੋਏ ਜੀ ਜੋਧਾਪਾਲ ਤੇ ਜਿਉਂਦਾਪਾਲ ਤੇ ਅਗੋ ਜੋਧਾਪਾਲ ਦਾ ਪੁੱਤਰ ਹੋਇਆ ਜਿਗਰਦੇਵ ਤੇ ਜਿਗਰਦੇਵ ਪਾਲ ਤੇ ਕਾਲੋਂਪਾਲ ਤੇ ਜਿਉਂਦਾਪਾਲ ਜਿਹੜਾ ਸੀ ਉਹਦੇ ਵੱਲ ਪੁੱਤਰ ਹੋਏ ਜਿੰਦਾਲਪਾਲ ਜੰਦੇਲਪਾਲ ਤੇ ਸਿੰਦਲਪਾਲ ਜੀਨਪਾਲ ਗਿਆਪਾਲ ਜਿੰਦਾਪਾਲ ਤੇ ਜਿੰਦ ਵੱਡਾ ਪਾਲ ਇਹ ਪੁੱਤਰ ਹੋਏ ਜਿਉਂਦਾ ਦੇ ਜਿਉਂਦਾ ਜਿਉਂਦਾ ਆਇਆ ਜਿਉਂਦਾ ਦੇ ਇਹ ਕਬੀਲਾ ਪੂਰੇ ਜਿਹੜਾ ਸੂਰਜਵੰਤ ਸਿੰਘ ਜੱਟ ਕਬੀਲਾ ਹੈ ਤੇ ਇਹਨਾਂ ਨੇ ਮਤਲਬ ਇਹ ਹੈ ਕਿ 10 ਬਾਦਸ਼ਾਹਾਂ ਦੀ ਜਿਹੜੀ ਮਸ਼ਹੂਰ ਲੜਾਈ ਹੋਈ ਸੀ ਨਾ ਜਿਹੜੀ ਤਾਰੀਖ ਦੇ ਵਿੱਚ ਉਹਦੇ ਵਿੱਚ ਵੀ ਇਸ ਕਬੀਲੇ ਨੇ ਹਿੱਸਾ ਲਿਆ ਸੀ ਤੇ ਟਰੌਂਕਲ ਦਿਲਾ ਗੁਜਰਾਵਾਲੇ ਤੋਂ ਅਬਦਲ ਰੌਫ ਜੋਂਦਾ ਐਡਵੋਕੇਟ ਉਹਰਾ ਇਸ ਕਬੀਲੇ ਬਾਰੇ ਸਾਨੂੰ ਇਹਦੀਆਂ ਆਬਾਦੀਆਂ ਬਾਰੇ ਵੀ ਕਾਫੀ ਜਾਣਕਾਰੀ ਸਾਂਝੀ ਕੀਤੀ ਸੀ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਤੋਂ ਪਿਆਰਿਓ ਇਹ ਸੀ ਜੋਂਦਾ ਜਾਂ ਜੋਂਦਾ ਜੱਟ ਕਬੀਲੇ ਦਾ ਹਵਾਲਾ ਜਿਹੜਾ ਸਾਡਾ ਅੰਦਰ ਸੰਜਾ ਕੀਤਾ ਇਜਾਜ਼ਤ ਦਿਓ ਇਹਦੇ ਨਾਲ ਹੀ ਤੁਹਾਨੂੰ ਮਿਲਾਂਗੇ ਫਿਰ ਕਿਸੇ ਅਗਲੇ ਜੱਟ ਕਬੀਲੇ ਦੀ ਵੀਡੀਓ ਨਾਲ